ਇਹ ਤਾਂ ਹੁਣ ਹਰੀਸ਼ ਰਾਵਤ ਜੀ ਦੱਸ ਸਕਦੇ ਆ ਵੀ ਇਹ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦਾ ਹੋਇਆ 2022 ਦਾ, ਕਿਉਂਕਿ ਇਹਨਾਂ ਇਸ ਅਨਾਊਂਸਮੈਂਟ ਦਾ ਪੰਜਾਬ ਦੇ ਵੋਟਰਾਂ 'ਤੇ ਅਸਰ ਬਹੁਤ ਹੈ। ਔਰ ਨਵਜੋਤ ਸਿੱਧੂ ਦਾ ਵੀ ਇਸ਼ਾਰਾ ਮੈਨੂੰ ਲੱਗਦਾ ਹਰੀਸ਼ ਰਾਵਤ ਜੀ ਵੱਲ ਆ। ਇਹ ਤਾਂ ਮੀਡੀਆ ਨੇ ਕਿਤੇ ਟਵਿਸਟ ਕਰਕੇ ਇਹ ਕਹਿਤਾ ਵੀ ਸ਼ਾਇਦ ਅਤੇ ਉਹ, ਕਿਉਂਕਿ ਉਹ ਤਾਂ ਰਿਸਪੈਕਟ ਕਰਦਾ ਹੈਗਾ ਸੋਨੀਆ ਗਾਂਧੀ ਜੀ ਦੀ, ਰਾਹੁਲ ਗਾਂਧੀ ਜੀ ਦੀ ਔਰ ਪ੍ਰਿਅੰਕਾ ਗਾਂਧੀ ਜੀ। ਔਰ ਧੜੇ ਬੇਸਿਕਲੀ ਨਹੀਂ ਹੈਗੇ, ਕਿਉਂਕਿ ਜਿੰਨਾ ਅਸੀਂ ਆ ਡਿਨਰ ਡਿਪਲੋਮੇਸੀ ਆ ਦੂਜਾ ਤੀਜਾ, ਜੇ ਅਸੀਂ ਇਹ ਕੰਮ ਕੀਤੇ ਹੁੰਦੇ। ਕਮੇਟੀ ਬਣੀ ਸੀ 2 ਮਹੀਨੇ ਪਹਿਲਾਂ, ਅਸੀਂ ਸਾਰੇ ਪੇਸ਼ ਹੋਏ ਸੀ, ਜਿਹਦੇ ਵਿੱਚ ਖੜਗੇ ਕਮੇਟੀ ਨੇ ਕਿਹਾ ਸੀ ਕਿ ਇਹ ਚੋਣਾਂ ਜਿਹੜੀਆਂ ਉਹ ਮਿਸਿਸ ਸੋਨੀਆ ਗਾਂਧੀ ਦੀ ਲੀਡਰਸ਼ਿਪ ਥੱਲੇ ਔਰ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਹੋਣਗੀਆਂ। ਇਹ ਤਾਂ ਹੁਣ ਹਰੀਸ਼ ਰਾਵਤ ਜੀ ਦੱਸ ਸਕਦੇ ਆ ਵੀ ਇਹ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦਾ ਹੋਇਆ 2022 ਦਾ, ਕਿਉਂਕਿ ਇਹਨਾਂ ਇਸ ਅਨਾਊਂਸਮੈਂਟ ਦਾ ਪੰਜਾਬ ਦੇ ਵੋਟਰਾਂ 'ਤੇ ਅਸਰ ਬਹੁਤ ਹੈ। ਇਹ ਤਾਂ ਹਰੀਸ਼ ਰਾਵਤ ਜੀ, ਕਿਉਂਕਿ ਬਹੁਤ ਮਜ਼ੂਰ ਸਾਡੇ ਲੀਡਰ ਹੈ, ਚੀਫ ਮਿਨਿਸਟਰ ਵੀ ਰਹਿ ਚੁੱਕੇ ਆ, ਪਰ ਇਹ ਆ ਕਿ ਇਹ ਕਲੀਅਰ ਕਰ ਦੇਣ, ਇਹ ਤੁਸੀਂ ਪੁੱਛ ਲਿਓ ਵੀ ਹਾਂ ਵੀ ਇਹ ਕਦੋਂ ਕੁ ਫੈਸਲਾ ਹੋਇਆ। ਸਿੱਧੂ ਦਾ ਵੀ ਇਸ਼ਾਰਾ ਮੈਨੂੰ ਲੱਗਦਾ ਹਰੀਸ਼ ਰਾਵਤ ਜੀ ਵੱਲ ਆ। ਇਹ ਤਾਂ ਮੀਡੀਆ ਨੇ ਕਿਤੇ ਟਵਿਸਟ ਕਰਕੇ ਇਹ ਕਹਿਤਾ ਵੀ ਸ਼ਾਇਦ ਅਤੇ ਉਹ, ਕਿਉਂਕਿ ਉਹ ਤਾਂ ਰਿਸਪੈਕਟ ਕਰਦਾ ਹੈਗਾ ਸੋਨੀਆ ਗਾਂਧੀ ਜੀ ਦੀ, ਰਾਹੁਲ ਗਾਂਧੀ ਜੀ ਦੀ ਔਰ ਪ੍ਰਿਅੰਕਾ ਗਾਂਧੀ ਜੀ। ਇੱਟ ਨਾਲ ਇੱਟ ਜਿਹੜੀ ਆ ਹਰੀਸ਼ ਰਾਵਤ ਦੀ ਖੜਕਾਉਣੀ, ਇੱਟ ਨਾਲ ਇੱਟ ਦੀ ਗੱਲ ਨਹੀਂ ਹੈ, ਗੱਲ ਤਾਂ ਇਹ ਹੈ ਕਿ ਜੇ ਇੱਦਾਂ ਦੀ ਗੱਲ ਹੈਗੀ ਆ ਤਾਂ ਹਰੀਸ਼ ਰਾਵਤ ਜੀ ਨੂੰ ਇਸ ਗੱਲ ਲਈ ਕਲੀਅਰ ਕਰਨਾ ਚਾਹੀਦਾ। ਧੜੇ ਬੇਸਿਕਲੀ ਨਹੀਂ ਹੈਗੇ, ਕਿਉਂਕਿ ਜਿੰਨਾ ਅਸੀਂ ਆ ਡਿਨਰ ਡਿਪਲੋਮੇਸੀ ਆ ਦੂਜਾ ਤੀਜਾ, ਜੇ ਅਸੀਂ ਇਹ ਕੰਮ ਕੀਤੇ ਹੁੰਦੇ। ਦੇਖੋ, ਪਾਵਰ ਪਰਚੇਜ਼ ਐਗਰੀਮੈਂਟ, ਇੱਦਾਂ ਦੇ ਐਗਰੀਮੈਂਟ ਕੈਂਸਲ ਨਾ ਹੋਣ ਜਿਹਦੇ ਨਾਲ ਅਸੀਂ ਬੇਸਿਕਲੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਇਦੋਂ ਵੱਡਾ ਨੁਕਸਾਨ ਕਰਾ ਲਈਏ। ਇਹਨੂੰ ਸੋਚ ਸਮਝ ਕੇ ਲੈਣ ਵਾਲਾ ਫੈਸਲਾ ਹੈਗਾ ਔਰ ਸਾਰੀ ਪਾਰਟੀ ਦੇ ਸਾਹਮਣੇ ਲਿਆ ਕੇ, ਜਿਸ ਤਰ੍ਹਾਂ ਬਰਗਾੜੀ ਇਸ਼ੂ ਦੇ ਵਿੱਚ ਹੋਇਆ ਇਸੇ ਤਰ੍ਹਾਂ ਨਾ ਹੋਵੇ। ਔਰ ਜਿਹੜਾ ਖਾਸ ਕਰਕੇ 31,000 ਕਰੋੜ ਰੁਪਈਏ ਦਾ ਘਟਾਲਾ ਜਿਹੜਾ ਫੂਡ ਸਕੈਮ ਸੀਗਾ, ਉਹਦਾ ਕੀ ਹੋਇਆ, ਉਹ ਵੀ ਮਾੜਾ ਜਿਹਾ, ਕਿਉਂਕਿ ਪਿਛਲੇ 2.5 ਸਾਲਾਂ ਤੋਂ ਲਗਭਗ ਡਰੱਗਸ ਦੀਆਂ ਰਿਪੋਰਟਾਂ ਜਿਹੜੀਆਂ ਉਹ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਈਆਂ, ਅਤੇ ਅੱਜ ਸਾਡੀ 4.5 ਸਾਲ ਬਾਅਦ ਅਸੀਂ ਇਹਦਾ ਮਤਲਬ ਇਹਦਾ, ਜੇ ਅਸੀਂ ਉਹਨਾਂ ਕੰਪਨੀਆਂ ਨੂੰ ਇੰਨੇ ਪੈਸੇ ਦਿੱਤੇ ਨਾ ਪੰਜਾਬ ਦੇ, ਅਤੇ ਜੇ ਅੱਜ 4.5 ਸਾਲ ਪਹਿਲਾਂ ਇਹਦੇ 'ਤੇ ਫੈਸਲੇ ਲਏ ਹੁੰਦੇ ਤਾਂ ਸਾਨੂੰ ਅੱਜ ਆਹ ਸਥਿਤੀ ਨਾ ਹੁੰਦੀ।